ਮੈਕ ਲਾਈਫ ਦੇ ਤਜਿੰਦਰਪਾਲ ਸਿੰਘ ਇਕ ਨੰਬਰ ਦੇ ਪਖੰਡੀ ਤੇ ਡੁਪਲੀਕੇਟ ਇਨਸਾਨ ਸ਼ਕਲੇ ਮੋਮਨਾ ਕਰਤੂਤੇ ਕਾਫਰਾ। ਅੱਜ ਤੋਂ ਕੁਝ ਅਰਸਾ ਪਹਿਲੇ ਐਤਵਾਰ ਜਿਹੜਾ ਦਿਸ਼ਕਾਮ ਸਿਆ ਸਾਡੀ ਨੂੰ ਪ੍ਰੋਗਰਾਮ ਹੁੰਦਾ ਉਹਦੇ ਵਿਚ ਇਹ ਮੈਨੂੰ ਮਿਲੇ ਤੇ ਕਹਿੰਦੇ ਜਿਹੜੇ ਹੈਗੇ ਨਾ ਸ਼ਕਾਮ ਸਾਡੀ ਦੇ ਪ੍ਰਧਾਨ ਭੁਪਿੰਦਰ ਸਿੰਘ ਇਹ ਝਾੜਦੇ ਬੜਾ ਨੇ, ਤੁਸੀਂ ਗੱਲਾਂ ਕਿਉਂ ਕਰਦੇ ਹੋ? ਕਹਿੰਦੇ ਇਸ ਤਰ੍ਹਾਂ ਗੱਲਾਂ ਕਰੇ ਕੰਮ ਦੀਆਂ ਨੀ ਗੱਲਾਂ ਕਰ ਸੀ ਵਪਾਰ ਦੀਆਂ, ਕਿਸੇ ਤਰੀਕੇ ਮੈਂ ਇਹਨੂੰ ਮਹਿਕ ਲਾਈ ਦਾ ਮੈਂਬਰ ਬਣਾ ਕੇ ਨੋਟ ਗੁੱਟਾਂ ਤੇ ਮੈਂ ਇਹਦੀਆਂ ਮਿੱਠੀਆਂ ਗੱਲਾਂ ਚ ਆ ਕੇ ਨਾ ਇਹਨੂੰ ਇੱਕ ਕਿਸ਼ਤ ਦੇਤੀ ਆਪਣਾ 6,000 ਦੀ ਤੇ ਹੁਣ ਰਾਤੀ ਕਹਿੰਦਾ ਵੀ ਤੁਹਾਡੀ ਕਿਸ਼ਤ ਫਿਰ ਡਿਊ ਹੈ, ਤੁਸੀਂ ਹੋਰ ਮੈਂਬਰ ਬਣਵਾ ਦਿਓ, ਸਾਡਾ ਸਰਕਲ ਬਹੁਤ ਹੈ, ਤੁਸੀਂ ਮੈਨੂੰ 2 ਗਰਫਾ ਚ ਲੈ ਲਓ, ਤੁਸੀਂ ਬੜੀਆਂ ਥੋੜੀ ਵੀਡੀਓ ਬਣਦੇ ਹੋ। ਗੁਰਦੁਆਰੇ ਕਿਉਂ ਆਉਂਦੇ ਨੇ ਲੋਕ? ਕੀਰਤਨ ਬੜਾ ਵਧੀਆ ਤੇ ਲੰਗਰ ਬੜਾ ਸਵਾਦ ਹੈ। ਕਿੱਥੋਂ ਤੁਰਦਾ ਬੰਦਾ ਡੁਗਰੀ ਤੋਂ ਲੰਗਰ ਛਕਣ ਵਾਸਤੇ? ਲੰਗਰ ਦੇ ਪ੍ਰੇਮੀ ਤੇ ਕਮਰਸ ਦੇ ਪ੍ਰੇਮੀ। ਅੱਜ ਵੀ ਹੁਣ ਇਹਨੂੰ ਫੋਨ ਕੀਤਾ ਵੀ ਤੂੰ ਨਾ ਤੁਸੀਂ ਨਾ ਆਪਣਾ ਮੈਨੂੰ ਬੁਖਾਰ ਏ ਤੇ ਬਾਜ਼ਾਰੋਂ ਲਿਆ ਦਿਓ ਮੈਨੂੰ ਡੁੱਲੋ ਤੇ ਨਾਲ ਨਾ ਘਰੋਂ ਇੱਕ ਅੱਧਾ ਫੁਲਕਾ ਬਣਵਾ ਲਿਆਓ, ਕੋਈ ਘਰ ਵਾਲੀ ਨੂੰ ਮੈਨੂੰ ਪੁੱਛਦੀ ਨਹੀਂ ਹੈਗੀ। ਤੇ ਕਹਿੰਦਾ ਮੈਂ ਤਾਂ ਆ ਨਹੀਂ ਸਕਦਾ, ਮੈਂ ਸਾਡੇ ਡਿਊਟੀ ਜਾਣਾ। ਮੈਂ ਕਿਹਾ ਉਸ ਤੋਂ ਪਹਿਲਾਂ ਹੀ ਕਰਨਾ, ਮੈਂ ਨਿਤਨੇਮ ਕਰਨਾ, ਅੱਗ ਲਾਉਣਾ ਇਹੋ ਜਿਹੇ ਨੇਤਰੇ ਨੂੰ, ਅੱਗ ਲਾਉਣਾ ਇਹੋ ਜਿਹੇ ਨੇਤਰੇ ਨੂੰ, ਅੱਗ ਲਾਉਣਾ ਇਹੋ ਜਿਹੇ ਨੇਤਰੇ ਨੂੰ, ਜਿਹੜਾ ਜੇ ਬੰਦੇ ਨੂੰ ਇੰਨੀ ਅਕਲ ਨਹੀਂ ਆਈ ਕਿ ਬੰਦਾ ਬੰਦੇ ਦੇ ਕੰਮ ਨਹੀਂ ਆ ਸਕਦਾ। ਸੋ ਇਹੋ ਜਿਹੇ ਕਈ ਪਖੰਡੀ ਤੁਰੇ ਫਿਰਦੇ ਨੇ, ਇਹਨਾਂ ਤੋਂ ਬਚੋ ਬਚੋ ਬਚੋ। ਇੱਕ ਹੋਰ ਪਖੰਡੀ ਹੈਗਾ ਜੀ ਗੁਰਦੁਆਰੇ ਦੇ ਬਾਹਰ ਸਰਦਾਰ ਸਨੈਕਸ ਵਾਲਾ, ਤੇ ਇਹ ਕਹਿੰਦਾ ਜੀ ਕਰੋਨਾ ਚ ਨਾ ਮੈਂ ਤੇ ਮੇਰੀ ਵਾਈਫ ਨੇ ਰਲ ਕੇ ਕੰਮ ਕਰਕੇ ਡਿਸ਼ਿਜ਼ ਬਣਾ ਕੇ ਪੈਸੇ ਕਮਾਏ ਨੇ, ਤੇ ਮੈਨੂੰ ਕਹਿੰਦਾ ਤੁਹਾਡੇ ਕੋਲ ਤੁਸੀਂ ਪ੍ਰਸ਼ਾਦ ਵਾਲਾ ਬਣਦੇ ਹੋ ਵੱਡੇ ਪੈਸੇ ਹੁੰਦੇ ਨੇ, ਮੇਰੀ 3,000 ਮਦਦ ਕਰ ਦਿਓ। ਮੈਂ ਕਿਹਾ ਮੈਂ 5,000 ਕਿੱਥੋਂ ਕਰਦੇ ਹਾਂ, ਇੰਝ ਕਰੋ ਉਧਾਰ ਹੀ ਕਰ ਦਿਓ। ਮੈਂ ਕਿਹਾ 500 ਰਾਣੀ ਉਧਾਰ ਕਰ ਦਿਓ, ਮੈਂ ਜਿਹੜੇ ਪੈਸੇ ਕੱਢੇ ਤਾਂ ਕੋਈ ਪੈਸੇ ਬੜੇ ਹੁੰਦੇ ਨੇ ਸਾਰੇ ਬੰਦੇ ਦਿਓ। ਮੈਂ ਉਹ ਸਮਝਿਆ ਬੰਦਾ ਬਦ ਨਹੀਂ ਉੱਥੇ, ਫਿਰ ਇਹਨੇ 6 ਮਹੀਨੇ ਪੈਸੇ ਨਹੀਂ ਮੋੜੇ, ਫਿਰ ਮੈਂ ਸੰਗਤ ਇਕੱਠੀ ਕਰਕੇ ਇਹਨੂੰ ਜਿਹੜਾ ਖੜੀਆਂ ਸੁਣਾਈਆਂ ਤੇ ਪੂਰੀ ਧਮਕੀ ਦਿੱਤੀ ਤੇ 600 ਦੇਤਾ ਤੇ 400 ਕਰ ਦਿਆਂਗਾ ਆ ਜਾਂਦਾ ਪਿਆ। ਤੇ ਫਿਰ ਕਈ ਦਿਨ ਗਾਇਬ ਹੋ ਗਿਆ, ਹੁਣ ਰਾਤੀ ਫਿਰ ਰੇੜੀ ਲੱਗੀ ਹੋਈ ਸੀ, ਹੁਣ ਅੱਜ ਪੁਲਿਸ ਲੈ ਕੇ ਉਹਦੇ ਕੋਲ ਜਾ ਰਹੇ ਹਾਂ। ਤੇ ਮੈਂ ਕਿਹਾ ਸਰਦਾਰ ਸਨੈਕਸ ਨਹੀਂ ਪਖੰਡੀ ਸਨੈਕਸ ਲਿਖ, ਤੇ ਬਹੁਤ ਦੁਨੀਆਂ ਵਿਚ ਕੋਹਰਾਮ ਮੱਚ ਗਿਆ। ਤੇ ਮੈਂ ਇਹੋ ਜਿਹੇ ਅੰਮ੍ਰਿਤਧਾਰੀਆਂ ਨੂੰ ਕਹੂੰਗਾ ਆਪਣੀਆਂ ਕਿਰਪਾਨਾਂ ਲਾਓ, ਨਹੀਂ ਨਾ ਲਾਓਗੇ ਅਸੀਂ ਆਪ ਲਵਾ ਕੇ ਨਾ ਕਿਲੀ ਟੰਗਵਾ ਦੇਣੀ ਆ। ਹੈ ਨਾ ਉਹ ਸਤਿਕਾਰ ਕਮੇਟੀ ਜਿਹਨਾਂ ਕਰਾਂਗੇ ਗੁਰਦੁਆਰਾ ਸਾਹਿਬ ਪ੍ਰਕਾਸ਼, ਉਹ ਆਦਰ ਨਹੀਂ ਕਰਦੇ, ਉਹ ਪ੍ਰਕਾਸ਼ ਚੁੱਕੇ ਲੈ ਜਾਂਦੇ ਨੇ। ਹੁਣ ਜਿਹੜੇ ਗੁਰਦੁਆਰੇ ਸਿਰਫ ਲੰਗਰ ਛਕਣ ਆਉਂਦੇ ਨੇ ਤੇ ਉਹਨਾਂ ਨੇ ਤੁਹਾਨੂੰ ਨਹੀਂ ਕਮਾਉਣਾ, ਤੇ ਉਹਨਾਂ ਨੂੰ ਮੇਰੇ ਕੋਈ ਵਾਰਨਿੰਗ ਏ, ਇੱਕ ਥਾਲੀ ਦੇ ਲੱਗੇਗਾ 100 ਰੁਪਈਆ, ਜੇ ਪੈਕਿੰਗ ਕਰਾਉਣੀ 100 ਰੁਪਈਆ, ਤੇ ਜੇ ਤੁਸੀਂ ਗੁਰੂ ਦੇ ਆਖੇ ਨਹੀਂ ਲੱਗਣਾ ਤੇ ਤੁਸੀਂ ਕਿਰਪਾਨ ਲਾ ਕੇ ਆਓ, ਨਹੀਂ ਤਾਂ ਲਵਾਉਣੀਆਂ ਸਾਨੂੰ ਆਉਂਦੀਆਂ ਨੇ। ਤੇ ਮੈਨੂੰ ਪੁਲਿਸ ਨੂੰ ਲਿਆਉਣੀ ਪਵੇ, ਜਿਹੜੇ ਅੰਮ੍ਰਿਤਧਾਰੀ ਕਿਰਪਾਨ ਪਾ ਕੇ ਪਖੰਡ ਰਚਦੇ ਨੇ, ਤੇ ਇੱਕ ਤਾਂ ਗਾਲਾਂ ਕਿ ਬੰਦੇ ਬੰਦੇ ਕੰਮ ਨਹੀਂ ਆਉਂਦਾ, ਕਈ ਬੰਦੇ ਗਾਲਾਂ ਵੀ ਕੱਢਦੇ ਨੇ, ਕਈ ਬੰਦੇ ਵੱਧ ਗਾਟ ਵੀ ਬੋਲਦੇ ਨੇ। ਸਭ ਦੀਆਂ ਕਿਰਪਾਨਾਂ ਲਵਾਤੀਆਂ ਜਾਣਗੀਆਂ, ਉਹ ਮੈਂ ਕਹਿੰਦਾ ਇਹਦਾ ਤਾਂ ਨਾਸਤਕ ਹੀ ਚੰਗੇ, ਇਹ ਕਿਰਪਾਨਾਂ ਪਾ ਕੇ ਪਖੰਡ ਕਰਦੇ ਹਾਂ। ਬੜਾ ਹੀ ਸੁਨਿਹਾਲ, ਸਤਿ ਸ੍ਰੀ ਅਕਾਲ।